वेलकम टू खन्ना न्यूज़ लाइव। श्री मुकतसर साहब दे बठिंडा रोड दे आउंदे पिंड भलाईआणा कोल एक बेकाबू कार सीधी दरख्त नाल जा टकराई, जिस कारण पति पत्नी समेत चार लोगों की मौत हो गई, जिस विच एक 12 साल का बच्चा भी शामिल है। संगरूर जिले के पिंड भम्मीपुर तो चार जने दवाई लैण ले श्री मुकतसर साहब आ रहे सन। जिमें ही उन्हां दी कार भलाईआणा दे अनाज मंडी कोल पहुंची तां तेज रफ्तार गड्डी मोड़ नहीं मुड़ सकी अते सीधी जा के दरख्त नाल जा टकराई। टक्कर इन्नी जबरदस्त सी के गड्डी मौके ते ही एक साइड तो टुट गई अते अद्धी छत भी उड गई। कार विच सवार व्यक्ति, उसकी पत्नी, भैण अते भाणजे दी मौके ते ही मौत हो गई, जबकि कार नू चला रहा भैण निवासी ड्राइवर बच गया। आस पास दे लोकां ने छत नू पट के लाशां नू विच्चों कढ़िया अते जख्मी नू गिद्दड़बाहा विखे इलाज लई दाखल करवाया गया। मौके ते पहुंचे DSP नरिंदरपाल सिंह ने दस्या कि यह परिवार जिला संगरूर दा रहण वाला सी अते मुकतसर विखे दवाई लैण लई जा रहा सी। कार बेकाबू होण कारण एक दरख्त नाल जा टकराई अते हादसा वापर गया। जख्मियां दा इलाज गिद्दड़बाहा दे हस्पताल विच करवाया जा रहा है अते मृतकां दीआं लाशां नूं पोस्टमार्टम लई गिद्दड़बाहा दे हस्पताल विच जमा करवाया गया है अते छानबीन भी कीती जा रही है। मेरे नाम गुरप्रीत सिंह, पिंड भलाईआं। गुरप्रीत सिंह, की होया की है जिहदा ਜੀ? ਸੁਬਹ ਮੈਨੂੰ ਫੋਨ ਆਇਆ, ਕਹਿੰਦੇ ਸਰਪੰਚ ਸਾਹਿਬ ਐਕਸੀਡੈਂਟ ਹੋ ਗਿਆ ਪਿੰਡ ਦਾਣਾ ਮੰਡੀ ਦੇ ਕੋਲ। ਜਦੋਂ ਤੱਕ ਮੈਂ ਗਿਆ ਉਦੋਂ ਤੱਕ ਚਾਰ ਮੌਤਾਂ ਹੋ ਚੁੱਕੀਆਂ ਸੀ। ਇੱਕ ਜੋ ਗੱਡੀ ਚਲਾਉਂਦਾ ਸੀ ਡਰਾਈਵਰ, ਉਹ ਬਚ ਗਿਆ ਸੀਗਾ। ਕਿੱਥੋਂ ਸੀ ਗੱਡੀ? ਇਹ ਗੱਡੀ ਸੰਗਰੂਰ ਦੇ ਏਰੀਏ 'ਚ ਦੱਸੀ ਜਾਂਦੀ, ਪਿੰਡ ਭੈਣੀ, ਅਤੇ ਨਾਲ ਉੱਥੇ ਇੱਕ ਬਾਹਮਾ ਪੱਤੀ ਹੈ ਕੋਈ, ਉੱਥੋਂ ਦਾ ਪਿੰਡ ਜੋ ਸਾਡੇ ਸੁਣਨ 'ਚ ਆਇਆ, ਪੱਕਾ ਨਹੀਂ ਹੈਗਾ। ਕਿੱਥੇ ਜਾ ਰਹੇ ਸੀ? ਨਹੀਂ, ਮੁਕਤਸਰ ਜਾ ਰਹੇ ਸੀ ਸੁਬਹ ਗਰਗ ਦੇ ਦਵਾਈ ਲੈਣ, ਉੱਥੇ ਮੈਡੀਸਨ ਚੱਲਦੀ ਇਹਨਾਂ ਦੀ। ਦੇਖੋ, ਇੱਕ ਸੰਗਰੂਰ ਤੋਂ ਇੱਕ ਪਰਿਵਾਰ ਸੀਗਾ, ਇਹ ਸਵੇਰੇ ਜਿਹੜੀ ਮੋਰਨਿੰਗ ਆਪਣੇ ਘਰ ਤੋਂ ਚੱਲੇ ਸੀਗੇ, ਤਕਰੀਬਨ 7:45 ਜਿਹੜੀ ਇੱਥੇ ਸ਼ਾਰਪ ਟਰਨ ਤੋਂ ਜਿਹੜੀ ਗੱਡੀ ਡਰਾਈਵਰ ਤੋਂ ਆਊਟ ਆਫ ਕੰਟਰੋਲ ਹੋ ਗਈ, ਜਿਹਦੇ ਨਾਲ ਇਹ ਗੱਡੀ ਦਰਖਤ ਵਿੱਚ ਟਕਰਾ ਕੇ ਜਿਹੜੀ ਥੱਲੇ ਇੱਕ ਦਾਣਾ ਚੱਲੀ ਗਈ, ਜਿਹਦੇ ਵਿੱਚ ਇਸ ਫੈਮਿਲੀ ਦੇ ਵਿੱਚ ਚਾਰ ਜਿਹੜੇ ਮੈਂਬਰ ਹੈਗੇ ਉਹਨਾਂ ਦੀ ਡੈਥ ਹੋ ਗਈ ਹੈ। ਉਹਦੇ ਵਿੱਚ ਇੱਕ ਬੰਦਾ ਹੈ ਜੀ, ਉਹਦੀ ਘਰਵਾਲੀ ਹੈ, ਉਹਦੀ ਸਿਸਟਰ ਹੈ ਅਤੇ ਸਿਸਟਰ ਦਾ ਬੇਟਾ ਹੈ। ਇੱਕ ਡਰਾਈਵਰ ਜਿਹੜਾ ਹੈਗਾ ਉਹਦੀ ਇਲਾਜ ਵਾਸਤੇ ਜਿਹੜਾ ਸਿਵਲ ਹਸਪਤਾਲ ਦਿੱਤਾ ਗਿਆ ਜੀ। ਕਿਹੜੇ ਪਿੰਡ ਤੋਂ ਸਰ? ਇਹ ਸੰਗਰੂਰ ਦੇ ਪਿੰਡਾਂ ਦੇ ਵਿੱਚੋਂ ਹੈਗੇ, ਇੱਕ ਭੈਣੀ ਮਹਾਰਾਜ ਦੇ ਹੈਗੇ ਆ, ਇੱਕ ਅਤਰ ਸਿੰਘ ਵਾਲਾ ਪਿੰਡ ਦੇ ਆ। ਅਤਰ ਸਿੰਘ ਜੀ, ਪੋਸਟਮਾਰਟਮ ਵਾਸਤੇ ਜ਼ਖਮੀ ਦਾ ਜਿਹੜਾ ਇਲਾਜ ਹੈਗਾ ਸਿਵਲ ਹਸਪਤਾਲ ਗਿੱਦੜਬਾਹਾ ਕਰਵਾਇਆ ਗਿਆ। ਐਕਸੀਡੈਂਟ ਹੋਇਆ ਕੀ ਹੈ, ਕਿੱਥੋਂ ਆ ਰਹੇ ਸੀਗੇ? ਇਹ ਸੰਗਰੂਰ ਜਿਹੜੇ ਤੋਂ ਆ ਰਹੇ ਸੀ, ਅੱਗੇ ਮੁਕਤਸਰ ਜਾਣਾ ਸੀ ਇਹਨਾਂ ਨੇ ਕੋਈ ਦਵਾਈ ਲੈਣ ਜੀ, ਅਤੇ ਜਿਹੜਾ ਗੱਡੀ ਚਲਾਉਂਦਾ ਸੀਗਾ ਉਹ ਡਰਾਈਵਰ ਤਾਂ ਬਚ ਗਿਆ, ਅਤੇ ਬਾਕੀ ਜਿਹੜੇ ਪਰਿਵਾਰ ਦੇ ਚਾਰ ਜੀ ਹੈਗੇ ਆ ਉਹਨਾਂ ਦੀ ਡੈਥ ਹੋ ਗਈ। ਜਾ ਕੇ ਮੁਕਤਸਰ ਜਾ ਰਹੇ ਸੀਗੇ, ਗੱਡੀ ਬੈਲੈਂਸ ਆਊਟ ਹੋ ਗਿਆ ਗੱਡੀ ਦਾ, ਅਤੇ ਡਰੈਕਟ ਵਜਨ ਕਰਕੇ ਜਿਹੜਾ ਐਕਸੀਡੈਂਟ ਹੋਇਆ ਗੱਡੀ ਦਾ। ਪੱਤਰਕਾਰ ਜਤਿੰਦਰਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ।